ਉਦੋਂ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦਾ ਨਾਮ ਸੰਤੋਖੀਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਗੁਰਮੁਖਾ ਸੇਵਾ ਸਿਮਰਨ ਕਰਕੇ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਫਲ ਦੇ ਦੇ। ਤੁਹਾਡੇ ਮੁੰਡੇ ਹੁਣ ਦਿੰਦੇ ਨੇ ਇਮਤਿਹਾਨ, ਜਿਹਨੇ ਪੜ੍ਹਾਈ ਠੀਕ ਕਰੀ ਹੈ ਪਰਚਾ ਠੀਕ ਹੋ ਗਿਆ, ਕਾਹਨੂੰ ਮਿੰਨਤਾਂ ਕਰੂੰ ਮਾਸਟਰ ਦੀਆਂ ਮੈਨੂੰ ਨੰਬਰ ਦੇ ਅੱਜ ਖੇ ਆਖੋ ਸਾਧਨਾ ਕੱਟ ਕੇ ਤਾਂ ਦਿਖਾਵੇ ਮਾਸਟਰ ਆਪੇ ਦਊ, ਪਰ ਮੇਰੇ ਵਰਗੇ ਜਿਹਨੇ ਗੰਨੇ ਹੀ ਚੂਪੇ ਹੈ ਉਹ ਫਿਰ ਪਹਿਲਾਂ ਹੀ ਬਾਪੂ ਦੀਆਂ ਮਿੰਨਤਾਂ ਕਰਦੇ ਵੀ ਜਾ ਕਿਸੇ ਮਾਸਟਰ ਨੂੰ ਮਿਲ ਮੈਨੂੰ ਨਕਲ ਮਰਾ ਦੇ, ਉੱਥੇ ਨੰਬਰ ਕਿੱਥੇ ਉੱਥੇ ਦੇ ਗੋਲ ਚੱਕਰ ਮਿਲਦੇ। ਫਿਰ ਉਹ ਤੁਸੀਂ ਸੇਵਾ ਕਰੋ, ਸੇਵਾ ਕਰੋ ਸਿਮਰਨ, ਤੈਨੂੰ ਮੰਗਣ ਦੀ ਲੋੜ ਹੀ ਨਹੀਂ ਵੀ ਫਲ ਦੇ ਦੇ, ਉਹਦਾ ਤਾਂ ਇੰਨਾ ਇਨਸਾਫ ਹੈ ਨਾ। ਮਹਾਰਾਜ ਕਹਿੰਦੇ ਹਰ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਿਰ ਵੀ ਭਰੋਸਾ ਨਹੀਂ ਆਇਆ। ਉਹ ਤੇਰੀ ਸੇਵਾ ਦਾ ਤਿਲ ਤਿਲ ਦਾ ਹਿਸਾਬ ਦਿੰਦਾ, ਉਹ ਇੱਕ ਤਿਲ ਜਿੰਨੀ ਵੀ ਸੇਵਾ ਨਹੀਂ ਗਵਾਉਂਦਾ ਕਿਸੇ ਦੀ। ਹੁਣ ਰੱਬ ਨੇ ਉਹਨੂੰ ਸਮਝਾਉਣਾ ਵੀ ਸੀ ਤੇ ਉਹਦੇ ਜੱਗਾਂ ਦਾ ਫਲ ਵੀ ਤਾਂ ਦੇਣਾ ਸੀ ਨਾ। ਜੱਗਾਂ ਦਾ ਫਲ ਕੀ ਦਿੱਤਾ? ਉਹ ਜਿਹਦੇ ਘਰ ਵਾਹਿਗੁਰੂ ਚੱਲਿਆ ਜਾਵੇ ਹੋਰ ਫਲ ਬਾਕੀ ਕੀ ਰਹਿ ਗਿਆ। ਸਤਨਾਮ ਸ੍ਰੀ ਵਾਹਿਗੁਰੂ। ਇਹ ਉਹਦੇ ਜੱਗਾਂ ਦਾ ਫਲ ਸੀ ਜਿਹੜਾ ਆਪ ਭਗਵਾਨ ਅਵਤਾਰ ਧਾਰਨ ਕਰਕੇ ਉਹਦੇ ਕੋਲ ਗਿਆ, ਕੋਈ ਥੋੜੇ ਫਲ ਸੀ। ਹੁਣ ਸਮਝਾਤਾ, ਸਮਝਾਉਣ ਵਾਸਤੇ ਤਰੀਕਾ ਵਰਤਿਆ, ਛਾਲ ਵਿੱਚ ਨੁਕਤਾ ਰੱਖ ਲਿਆ, ਬਾਹਮਣ ਬਣ ਗਿਆ। ਜਦ ਰਾਜੇ ਨੇ ਸੁਣਿਆ ਐਡਾ ਵਿਦਵਾਨ ਬਾਹਮਣ ਆ ਗਿਆ ਮੇਰੇ ਜੱਗ ਚ, ਰਾਜੇ ਅੰਦਰ ਸੱਦਿਆ, ਕਹਿੰਦਾ ਲਿਆ ਬੁਲਾ ਕੇ ਹੁਣੇ। ਪਲੰਘ ਡਹਿਤਾ, ਚਰਨ ਧੋਤੇ, ਮੱਥਾ ਟੇਕਿਆ ਤੇ ਕਹਿੰਦਾ ਮੰਗ ਸਵਾਮੀ ਜੋ ਤੁਧ ਭਾਵੇ। ਐ ਪੰਡਿਤ ਜੀ, ਐ ਸਵਾਮੀ ਜੀ, ਮੰਗੋ ਜਿਹੜੀ ਇੱਛਾ ਉਹੀ ਚੀਜ਼ ਮੰਗ ਲਓ। ਹੋ ਰਾਜੇ ਤੋਂ ਮੰਗਿਆ ਕੀ? ਰਾਜੇ ਨੂੰ ਭਗਵਾਨ ਪਾਵਨ ਭਗਵਾਨ ਕਹਿਣ ਲੱਗੇ, ਰਾਜੇ ਨੇ ਮੈਨੂੰ ਢਾਈ ਕਰਮਾ ਧਰਤੀ ਦਾਨ ਕਰ ਦੇ। ਢਾਈ ਕਰਮਾ, ਉਹਨੂੰ ਅਫਰੇਮਾ ਚੜਿਆ ਬਾ ਇੰਦਰਪੁਰੀ ਦਾ। ਉਹ ਕਹਿੰਦਾ ਬਾਹਮਣਾ ਇਹ ਵੀ ਕੋਈ ਰਾਜਿਆਂ ਤੋਂ ਮੰਗਣ ਵਾਲਾ ਦਾਨ ਹੈ? ਢਾਈ ਕਰਮਾ ਧਰਤੀ, ਕੋਈ ਮੈਥੋਂ ਵੱਡੀ ਚੀਜ਼ ਮੰਗ, ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ, ਕੱਲ ਨੂੰ ਇੰਦਰਪੁਰੀ ਦਾ ਰਾਜਾ ਬਣਨਾ, ਕੋਈ ਵੱਡਾ ਦਾਨ ਮੰਗ, ਵੱਡਾ ਦਾਨ। ਇੱਥੇ ਵੀ ਬਹੁਤ ਫਰੇਮਾ ਚੜਿਆ ਵਾ ਕਈਆਂ ਨੂੰ, ਇਹ ਜਿਹੜੀਆਂ ਇਲੈਕਸ਼ਨ ਵਾਲੀਆਂ ਪਾਰਟੀਆਂ ਨਾ, ਲੈ ਊਈ ਸੂਈ ਲਾ ਦਿੰਦੇ, ਤੈਨੂੰ ਗਾਹਾਂ ਨੂੰ ਟਿਕਟ ਦਵਾਏਗੇ, ਗੇ ਆਇਆ ਘਰਦਿਆਂ ਤੇ ਵੀ ਅੱਜ ਖੇ ਖੁਸ਼। ਸਤਨਾਮ ਸ੍ਰੀ ਵਾਹਿਗੁਰੂ। ਨਿਆਣੇ ਨੀ ਯਾਦ ਰਹਿੰਦੇ, ਆ ਕਿਤੇ ਇੱਥੇ ਸਮਾਣੇ ਕਿਸੇ ਨੂੰ ਤੁਹਾਨੂੰ ਮਿਲ ਜਾਵੇ ਨਾ, ਐਮ ਐਲ ਏ ਹੱਥ ਮਿਲਾ ਲਵੇ ਬਾਜ਼ਾਰ ਚ, ਘਰ ਆ ਕੇ ਚਾਹ ਪੀਊਗਾ, ਘਰ ਵਾਲੀ ਨੂੰ ਕਹੂਗਾ ਮਿੱਠਾ ਹੀ ਨੀ ਪਾਇਆ। ਉਹ ਮਿੱਠਾ ਤਾਂ ਹੈਗਾ ਪਰ ਗਰਮਾਇਸ਼ ਐਮ ਐਲ ਏ ਦੀ ਚੜ ਗਈ ਨਾ, ਮਿੱਠਾ ਨੀ ਲੱਗਦਾ ਚਾਹ ਚ। ਜੇ ਕਿਤੇ ਮਨਿਸਟਰ ਮਿਲ ਜਾਵੇ ਵਜ਼ੀਰ, ਫਿਰ ਤਾਂ ਸੱਤ ਦਿਨ ਘਰੇ ਨੀ ਆਉਂਦਾ, ਨਿਆਣੇ ਡੈਡੀ ਨੂੰ ਡਿੱਕੀ ਜਾਣੇ, ਕਿੱਥੇ ਨੂੰ ਗਿਆ, ਘਰੇ ਪੁੱਜ। ਇਹੀ ਫਰੇਮਾ ਚੜਿਆ ਵਾ ਬਲ ਰਾਜੇ ਨੂੰ, ਕਹਿੰਦਾ ਬਾਹਮਣਾ ਢਾਈ ਕਰਮਾ ਧਰਤੀ, ਕੋਈ ਵੱਡਾ ਦਾਨ ਮੰਗ ਮੈਥੋਂ, ਕੱਲ ਨੂੰ ਇੰਦਰਪੁਰੀ ਦਾ ਰਾਜਾ ਬਣਨਾ। ਉਹ ਬਾਵਨ ਭਗਵਾਨ ਕਹਿੰਦੇ ਰਾਜੇ ਨੇ ਤੂੰ ਤਾਂ ਬਹੁਤ ਵੱਡਾ ਦਾਤ ਹੈ, ਸ੍ਰਿਸ਼ਟੀ ਦਾ ਰਾਜਾ, ਇੰਦਰਪੁਰੀ ਦਾ ਰਾਜ ਤੈਨੂੰ ਮਿਲ ਜਾਣੇ, ਪਰ ਮੇਰੀ ਦੇਹ ਛੋਟੀ ਜੀ ਹੈ, ਮੈਂ ਵੱਡਾ ਦਾਨ ਕਰਕੇ ਕੀ ਲੈਣਾ। ਦੇਖੋ ਕਿਵੇਂ ਸਮਝਾਉਂਦੇ ਨੇ, ਉਹ 52 ਉਂਗਲ ਦੀ ਮੇਰੀ ਦੇਹੀ ਹੈ, ਮੈਂ ਬੀਗਾ ਧਰਤੀ ਤੋਂ ਕੀ ਲੈਣਾ। ਕਬੀਰ ਸਾਹਿਬ ਦਾ ਇੱਕ ਬਚਨ ਸੁਣਿਆ ਬਾਬ ਨਖਰੀ ਚ, ਬਾਬ ਨਖਰੀ ਕਿੱਥੇ ਆਪਾਂ ਨੂੰ, ਆਪਾਂ ਨੂੰ ਤਾਂ ਜਪਜੀ ਸਾਹਿਬ ਦਾ ਹੀ ਪਤਾ ਨੀ ਲੱਗਿਆ ਜੇ ਕੀ ਹੈ ਨਾ। ਅਸੀਂ ਪਤਾ ਲਾਉਣ ਲੱਗੇ, ਲਾਉਣ ਤੁਹਾਨੂੰ ਇਹਨਾਂ ਨੇ ਪਤਾ ਲਾਉਣਾ ਸੀ, ਉਹ ਵੀ ਨੀ ਬਾਣੀ ਦੇ ਅਰਥ ਕਰਦੇ, ਉਹ ਵੀ ਬਾ ਪੰਜ ਚਾਰ ਕਹਾਣੀਆਂ ਜੀ ਹੈ, ਤੋਤਾ ਪੜਾਤਾ ਗਣਕਾਂ ਨੇ, ਬਸ ਤੁਸੀਂ ਆ ਜਾਓ
तोते ने तारती ना, वो तोते की कहानी भी ता सुनाने असी भी वह तोता संत ने दता था खो सतना। जे बिच संत ना ना हों फिर तोता भी गया था, क्योंकि कहानी वह सुनानी है जिसे बिच संत आ जाए, नहीं कोई इतिहास नहीं रहा गुरु का। बाजा बजते जंग शहीदियां पता नहीं कितने गई, भाई तारू सिंह मतीदास पता नहीं कितने गया, वह कीर्तन होगा जिदे संत फसया हो। कोई शहीद सिंह नहीं रहा, कोई गुरु नहीं रहा, कोई करनी वाले बाणी के तार से चढ़ते असी क्यों चढ़ते, मजबूरी है अपने कि पढ़े अज खे आखो सतनाम, जड़ी चीज ना आती वह छड़नी पैंती है। फिर मैं धारना तो चिमटे खड़का लो खुशी हो गए चले जाए करो। बाब नखरी विच कबीर ने की आख्या सानू, थोड़ा थल थान के आरंभ है बिन ही थंभ है मंदिर थंभ है। ये साढ़े खातर है, थोड़ा थल थल नाम है धरती का जमीन का, थानक नाम है महल का बड़े महल का। की गल कहने कबीर साहब, वो प्लाट तो 200 गज का ते कोठी का नक्शा बनाई फिर 1000 गज का। थोड़ा थल थन के आरंभ है, जमीन बिसवा है ते ड्रिल च बीज पाई फिर 5 किलिया का अजखे आखो शायद जमीन बिगा ही है, 11 बोरिया चकी फिर 5 किलिया दी। लो हुण की मतलब होया, थोड़ा थल समझो प्यार नाल बाणी दे अर्थ। ओए गुरमुखा तेरी धरती बहुत छोटी है, शरीर 6 फुटे है, वो तू महल किड्डे बनाउंदा फिरदा अज के आखो सतनाम श्री वाहिगुरु। थोड़ा थल जमीन थोड़ी है, स्कीमां किड्डियां किड्डियां सोच, धरती तो है ही नहीं कोल। थोड़ा थल थानक आरंभ है, वो 3.5 आदि तेरी धरती ते गल्लां करदा भी समाने तक छड़ना ही कोई नहीं। जिन्ना क बिसवा है उन्नी क तैयारी रख, बद ना चल। ते फिर जेड़े आप महल बनाने बिन ही थंप है, थमला बनाया ही नहीं तो कहते लेंटर पा देना। सड़ा हाल बाबल भगवान कहते, ओ राजना गल तो तेरी ठीक है, बड़ा दान लंदा मैं फिर मेरी देही बहुत छोटी है, मैनू 2.5 करमा ही बहुत है, अपने दरवाजे दे मूहे दे दे उत्थे मैं कुली पाके रहूंगा, तेनू आउंदे जांदे नू वेद सुनाया करूंगा। राजा कहिंदा ना वे पंडता, एडा विद्वान तू वड्डी चीज मंग। ब्राह्मण कहिंदा भगवान दा रूप बौना ना वे राजे, बचन नहीं मोड़ी दा ब्राह्मण दा, बटाई करमा दान ले करो 2.5 धरत मंग। भाई गुरदास वो राजा कहिंदा जाओ भाई मिल दो जिथे, कहिंदा 2.5 करम। भगवान कहिंदे राजे ने ते इत्थों दान लेना, तू चल जिथे कि धरती देनी। च राजा चले गया बल, कहिंदा लो महाराज दसो किथे मिलना। बल राजे नूं कहिण लगे ना भगवान, ना राजे मिलन दी खेचल भी तैनू नहीं देनी, जे जे मेरा छोटा शरीर है मैं अपने शरीर दे ही कदमा पाऊंगा। अजखे आखो सतनाम श्री वाहिगुरु। जे जे शरीर है मेरा ओह जिया करमा पाऊ, पर तू नाल आ जा। बल राजा लै मगन मनावे, बाते पढ़ लिया भगवान ने। कहने लगे गिणदा रही किथे समझेंगे आपां, बस फिर केड़ा किसे पटवारी दियां करमां तियां, लंबड़दार दियां करमां तोड़ो तियां। भगवान दियां करमां 3 लोकां दी धरती 2 करमां च मिणती। अज के आखो सतनाम श्री वाहिगुरु। पिछे बांह तो फड़ के उगड़ी से आप, कहने गिणदा रही कि बद ना हो जा। 2.5 करमा मंगिया
ਤਾਂ ਗੁਰੂ ਨਾਨਕ ਨੇ ਕਹਿ ਦਿੱਤਾ ਵੱਡੇ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਜੀ ਗਹਿਰ ਗੰਭੀਰਾ ਗੁਣੀ ਗਹੀਰਾ ਜਾਣੇ ਜੀ ਉਹਦਾ ਪਸਾਰਾ ਦੋ ਕਰਮਾਂ ਵਿੱਚ ਮਿਣਤੀ ਧਰਤੀ ਜਦ ਧਰਤੀ ਮੁੱਕ ਗਈ ਨਾ ਭਗਵਾਨ ਕਹਿੰਦੇ ਰਾਜੇ ਅੱਧੀ ਕਰਮ ਤੇਰੇ ਕੰਨੀ ਬਾਕੀ ਰਹਿ ਗਈ ਦੱਸ ਕਿੱਥੇ ਰੱਖਾਂ ਸਤਨਾਮ ਸ੍ਰੀ ਵਾਹਿਗੁਰੂ ਉਹ ਚੱਕੀ ਵਾ ਪੈਰ ਭਗਵਾਨ ਦਾ ਦੱਸ ਕਿੱਥੇ ਰੱਖਾਂ ਢਾਈ ਕਰਮਾਂ ਦਾਨ ਦਿੱਤਾ ਦੋ ਹੋਈ ਹੈ ਧਰਤੀ ਪਰ ਮਾਣ ਨਹੀਂ ਟੁੱਟਿਆ ਇੰਨਾ ਕੁਝ ਸਾਹਮਣੇ ਦੇਖ ਲਿਆ ਫੇਰ ਵੀ ਮੈਂ ਆਪਣਾ ਕਦੇ ਟੁੱਟ ਗਿਆ ਪਤਾ ਨਹੀਂ ਕਿੰਨਿਆਂ ਕੁ ਨੂੰ ਕੰਨਿਆਂ ਪਰ ਛੱਡ ਕੇ ਚੱਕ ਕੇ ਛੱਡਿਆ ਹੈ ਆਪਾਂ ਸਿਵਿਆਂ ਪਰ ਆਪਾਂ ਨੂੰ ਪਤਾ ਹੀ ਨਹੀਂ ਵੀ ਜਾਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਉਹ ਸੇਕੜਿਆਂ ਦੇ ਡੱਕੇ ਪਾ ਤੇ ਆਪਾਂ ਨੇ ਪਾਥੀਆਂ 'ਚ ਆਪਣਾ ਯਾਦ ਨਹੀਂ ਵੀ ਮੇਰੇ ਵੀ ਪੈਣੇ ਤਾਂ ਹੀ ਤਾਂ ਮਹਾਰਾਜ ਨੇ ਕਹਿ ਦਿੱਤਾ ਓਏ ਗੁਰਮੁਖ ਨੈਨੇ ਦੇਖਦੇ ਜਗ ਜਾਈ ਕੋਈ ਲੁਕਮਾ ਤਾਂ ਨਹੀਂ ਕੰਮ ਹੋ ਰਿਹਾ ਉਪਜੈ ਨਿਪਜੈ ਨਿਪਜ ਸਮਾਈ ਉਪਜੈ ਪੈਦਾ ਹੋਣਾ ਨਿਪਜੈ ਨਿਰਮਾਣ ਹੋਣਾ ਵੱਡਾ ਹੋਣਾ ਤੇ ਵੱਡਾ ਹੋ ਕੇ ਸਮਾਈ ਮਰ ਜਾਣਾ ਖਤਮ ਹੋ ਜਾਣ ਤਿੰਨ ਘਟਨਾ ਆਪਣੇ ਸਾਹਮਣੇ ਹੋ ਰਹੀਆਂ ਨੇ ਜਨਮ ਵੀ ਸਾਹਮਣੇ ਹੁੰਦਾ ਵੱਡਾ ਵੀ ਸਾਹਮਣੇ ਹੁੰਦਾ ਜਵਾਨ ਤੇ ਮਰਦਾ ਵੀ ਸਾਡੇ ਸਾਹਮਣੇ ਇਹ ਕੋਈ ਲੁਕਵੀਂ ਗੱਲ ਨਹੀਂ ਹੈ ਜੇ ਕੋਈ ਦੂਰ ਗੱਲ ਹੁੰਦੀ ਹੋਵੇ ਉਹਨੂੰ ਨਾ ਮੰਨੋ ਪਰ ਜਿਹੜੀ ਤੇਰੇ ਸਾਹਮਣੇ ਹੁੰਦੀ ਉਹ ਤਾਂ ਮੰਨ ਲੈ ਬਈ ਉਪਜੈ ਨਿਪਜੈ ਨਿਪਜ ਸਮਾਈ ਨੈਨੇ ਦੇਖਤ ਇਹੋ ਜਗ ਜਾਈ ਹੁਣ ਸੁਣ ਲਓ ਕਿਹੜੀ ਜੀ ਗੱਲ ਭਗਤ ਜੀ ਕਹਿੰਦੇ ਉਹ ਤੇਰੇ ਸਾਹਮਣੇ ਗੁਆਂਢੀ ਚਲਿਆ ਗਿਆ ਜਿਹੜਾ ਕਹਿੰਦਾ ਸੀ ਮੇਰੀ ਕੋਠੀ ਹੈ ਤੇਰੇ ਸਾਹਮਣੇ ਤੇਰਾ ਬਾਪੂ ਚਲਿਆ ਗਿਆ ਜਿਹੜਾ ਕਹਿੰਦੇ ਸੀ ਮੇਰੀ ਮੋਟਰ ਹੈ ਮੇਰੀ ਜ਼ਮੀਨ ਹੈ ਹੁਣ ਥੋੜਾ ਜਿਹਾ ਕਿਹੜਾ ਬਚਨ ਹੈ ਆਪਾਂ ਨੂੰ ਜਦ ਉਹ ਤੇਰੇ ਸਾਹਮਣੇ ਚਲੇ ਗਏ ਮੇਰੀ ਕਹਿਣ ਵਾਲੇ
लाज ना मरो कहो कर मेरा। वो तू फिर भी कहने कर मेरे, तेन शर्म नाल मर जाना चाहिए। कैसा कैड़ा बचन, लाज ना मरो। तेरे सामने मेरा कहन वाले नठ गए, तू फिर मेरा कहन ते नहीं हटिया। सतनाम श्री, तेन संघ नहीं आउंदी। तेरे सामने जेड़े मेरा कहन सी गए, ताई बाणी ने बार बार कहता, ओ मना मूर्ख मेरी मेरी ना करी, मूर्ख मेरी मेरी ना करी, मूर्ख मेरी मेरी ना करी, मूर्ख मेरी मेरी ना करी। कहरों करते दुर्योधन से भाई, बारह योजन छात्र अड़ताली को, थोड़े नहीं है किलोमीटर तो सौ बन जाने। आज के आखो सतनाम, 100 किलोमीटर विच छात्र। पर कृष्ण भगवान कहते हो दुर्योधन तेरे ही भाई है, इन्हें पांच पिंड दे दे रोटी खाई जाएंगे। सारे राज्य च पांच पिंड की होने गां ते कहिंदा तू पिंड मैं सूई दे नके जनी जमीन इन्हें दंदा। हाल देख लो फिर, संस्कार भी नहीं होया, गेजा नहीं खादा। अज के आखो सतनाम श्री वाहिगुरु। कबर नूं भी जगह नहीं मिली, मेड़ मड़ी नूं इन्ना कुछ सामने वेख के भी जे ना मनीए फिर साडे नालों अंधा कौन है, इन्ना कुछ सुन के भी ना मनीए फिर साडे नालों बोला कौन है। माया धारी अत अन्ना बोला, सामने वेख लिया इन्हें दो कर्मां विच धरती मिणती मैं दे चरण फालना। नहीं नहीं कहना किते इंद्रपुरी दा राज ना खुश जावे, जेड़ा बचन कीता है जे पूरा ना होया दान जग नहीं पूरा होना। लम्मा पै गया राजा बल भगवान दे मूहरे, कहना भगवान ओए बमण थोड़े ग्रंथां च लिखे पिया शरीर भी धरती हो है,
ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ, ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਤਾਂ ਗੁਰਮੁਖ ਪਿਆਰੇ ਕਹਿੰਦਾ ਕੀ ਹੋਇਆ ਜੇ ਰਾਜ ਦੀ ਧਰਤੀ ਮੁੱਕ ਗਈ, ਅਜੇ ਸਰੀਰ ਬਾਕੀ ਹੈ, ਅੱਧੀ ਕਰਮ ਜਿਹੜੀ ਚੱਕੀ ਵੀ ਮੇਰੀ ਦੇਹ ਪਰ ਧਰ ਲੰਮਾ ਪੈ ਗਿਆ ਸਾਡੇ ਬਾਲੇ, ਮੂਰਖ ਸਮਝਿਆ ਨੀ ਦੋ ਕਰਮਾਂ ਚ ਸਾਰੀ ਧਰਤੀ ਮਿਲਤੀ, ਤੇਰੇ 7 ਫੁੱਟ ਦਾ ਸਰੀਰ ਇੱਥੇ ਕਿੱਥੇ ਖੜੂਗਾ। ਗੁਰਮੁਖ ਪਿਆਰੇ ਹੋ ਧਰਿਆ ਛਾਤੀ ਪਰ ਪੈਰ, ਫਿਰ ਬਾਹਮਣ ਨੇ, ਬਾਹਮਣ ਕੀ ਭਗਵਾਨ ਬਣਿਆ ਹੋਇਆ ਬਾਹਮਣ ਸੀ ਬਾ, ਫਿਰ ਅੱਧੀ ਕਰਮ ਮਿਣਦੇ ਮਿਣਦੇ ਨੇ 7ਵਾਂ ਪਤਾਲ ਆ ਗਿਆ। 7ਵਾਂ ਪਤਾਲ ਜਦ ਗਿਆ 7ਵੇਂ ਪਤਾਲ ਚ ਭਗਵਾਨ ਕਹਿੰਦੇ ਲੈ ਰਾਮ ਕਰ ਮੇਰਾ ਦਾਨ ਪੂਰਾ ਹੋ ਗਿਆ, ਆਪਾਂ ਚੱਲੇ ਸਤਨਾਮ। ਕਹਿੰਦੇ ਟਿਕਿਆ ਰਹੋ ਇੱਥੇ ਹੁਣ ਕਰ ਆਨੰਦ 7ਵੇਂ ਪਤਾਲ ਚ। ਬਸ ਫਿਰ ਜਿਹੜੀ ਗੱਲ ਤੁਹਾਨੂੰ ਆਖੀ ਸੀ ਵੀ ਉਹਦਾ ਫਲ ਵੀ ਤਾਂ ਦੇਣਾ ਸੀ ਨਾ, ਪਹਿਲਾਂ ਜੱਗ ਵਿੱਚ ਆਪ ਗਏ ਫਿਰ ਛਾਤੀ ਪਰ ਭਗਵਾਨ ਦਾ ਚਰਨ ਟਿਕ ਜਾਵੇ, ਬਸ ਮਿਲ ਗਿਆ ਸਭ ਕੁਝ, ਕਪਾਟ ਖੁੱਲ ਗਏ, ਫੜ ਲਿਆ ਫਿਰ ਪੈਰ ਦੋ ਹੱਥਾਂ ਨਾਲ ਛਾਤੀ ਪਰੇ ਰੱਖਿਆ ਵਾ, ਕਹਿੰਦਾ ਹੁਣ ਤਾਂ ਪਛਾਣ ਲਿਆ, ਹੁਣ ਜੇ ਮੈਨੂੰ 7ਵੇਂ ਪਤਾਲ ਚ ਪਹੁੰਚਾਇਆ ਨਾ ਤੈ ਜਾਣ ਤੈਨੂੰ ਵੀ ਨਹੀਂ ਦਿੰਦਾ ਕੋਈ। ਸਤਨਾਮ ਸ੍ਰੀ ਵਾਹਿਗੁਰੂ। ਉਹ ਦੋ ਹੱਥਾਂ ਨਾਲ ਚਰਨ ਫੜ ਲਏ ਭਗਵਾਨ ਦੇ, ਕਹਿੰਦਾ ਕਿੱਥੇ ਜਾਵੇਂਗਾ ਮੈਨੂੰ ਛੱਡ ਕੇ ਇੱਥੇ। ਭਗਵਾਨ ਕਹਿੰਦੇ ਮੈਂ ਤੈਨੂੰ ਪਹਿਚਾਣ ਕਰਾਉਣੀ ਤੀ, ਇੰਦਰਪੁਰੀ ਦਾ ਰਾਜ ਚਾਹੀਦਾ। ਕਹਿੰਦਾ ਨਾ ਮਹਾਰਾਜ, ਬਾਅਦ ਚਰਨੇ ਟਿਕਿਆ ਰਹਿਣ ਦੇ ਨਾ। ਕਹਿੰਦੇ ਦੇ ਦਿੰਦੇ ਨਾ ਜੀ। ਕਹਿੰਦੇ ਚੰਗਾ ਜਾ ਆਪਣਾ ਰਾਜ ਕਰ। ਕਹਿੰਦਾ ਹੁਣ ਉਹ ਰਾਜ ਵੀ ਨਹੀਂ ਲੈਣਾ, ਹੁਣ ਉੱਥੇ ਵੀ ਨਹੀਂ ਜਾਣਾ, ਲੈਣਾ ਕੀ ਹੈ ਸੁਣ ਲਓ ਕੀ ਮੰਗਿਆ। ਕਹਿੰਦਾ ਭਗਵਾਨ ਇੱਕ ਮੰਗ ਹੈ, ਜਿਵੇਂ ਹੁਣ ਤੇਰੇ ਦਰਸ਼ਨ ਹੁੰਦੇ ਨਿੱਤ ਦਰਸ਼ਨ ਹੁੰਦੇ ਰਹਿਣ। ਰਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਗਈ ਨਾ ਭੁੱਖ, ਅੱਡ ਗਈ ਨਾ ਰਾਜ ਦੀ ਭੁੱਖ, ਅੱਡ ਗਈ ਦੁੱਖ ਅੱਡ ਗਿਆ। ਤੇ ਜਿਹੜਾ ਦਰਸ਼ਨ ਮੰਗ ਲਵੇ ਨਾ ਗੁਰੂ ਦੇ, ਉਹਦੀ ਪਦਵੀ ਸਾਡੇ ਚੋਲਿਆਂ ਨਾਲ ਗਾਹਾਂ ਹੈ। ਜੇ ਬਾਣੀ ਨੂੰ ਵਿਚਾਰ ਲਓ, ਕੋਈ ਸੰਤ ਉੱਡਾ ਹੈ ਹੀ ਨਹੀਂ ਜਿਹੜਾ ਗੁਰੂ ਦੇ ਦਰਸ਼ਨਾਂ ਦਾ ਅਭਲਾਖੀ ਬਣ ਜਾਵੇ। ਸੁਖਮਨੀ ਪੜ੍ਹਦੇ ਹੋ, ਮਹਾਰਾਜ ਕਹਿੰਦੇ ਕਾਂਖੀ ਇੱਕ ਹੈ ਦਰਸ ਤੁਹਾਰੋ। ਕਾਂਖਸ਼ਾ ਨਾਮ ਹੈ ਸੰਸਕ੍ਰਿਤ ਵਿੱਚ ਇੱਛਾ ਦਾ, ਤਮੰਨਾ ਦਾ, ਮੰਗ ਦਾ। ਕਾਂਖਸ਼ਾ ਕਾਂਖੀ ਇੱਛਾਵਾਨ। ਗੁਰੂ ਅਰਜਨ ਕਹਿੰਦੇ ਹੇ ਵਾਹਿਗੁਰੂ, ਜਿਹੜਾ ਤੇਰੇ ਦਰਸ਼ਨਾਂ ਦਾ ਇੱਛਾਵਾਨ ਹੋ ਜਾਵੇ ਨਾ। ਲੈ ਸੁਣ ਲਿਓ ਪਿਆਰ ਨਾਲ, ਨਾਨਕ ਉਨ ਸੰਗ ਮੋਹੇ ਉਧਾਰੋ। ਟੋਕਾਂ ਪੜ੍ਹ ਕੇ ਲੰਘ ਜਾਣਾ ਸਿਖਾਲਾ ਉਹਨਾਂ ਦੀ ਵਿਚਾਰ। ਗੁਰੂ ਅਰਜਨ ਕਹਿੰਦੇ ਪਰਮੇਸ਼ਰ ਜੋ ਤੇਰੇ ਦਰਸ਼ਨਾਂ ਦਾ ਵਿਲਾਖੀ ਬਣ ਜਾਵੇ ਉਹਨਾਂ ਦੇ ਨਾਲ ਮੈਨੂੰ ਵੀ ਤਾਰ ਦੇ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਕਹਿੰਦਾ ਉਨ ਸੰਗ ਮੋਹੇ ਉਧਾਰੋ, ਉਹਨਾਂ ਦਾ ਸੰਗ ਮੈਨੂੰ ਦੇ ਦੇ, ਉਹਨਾਂ ਦੀ ਸੰਗਤ ਮੈਨੂੰ ਬਖਸ਼ ਦੇ ਤਾਂ ਕਿ ਮੇਰਾ ਵੀ ਉਧਾਰ ਹੋ ਜਾਵੇ। ਗੁਰੂ ਦੇ ਦਰਸ਼ਨਾਂ ਦੀ ਮੰਗ ਕੀ ਲਿਖਿਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਗੁਰੂ ਅਰਜਨ ਕਹਿੰਦੇ ਮੈਂ ਕੁਰਬਾਨ ਚਲਿਆ ਜਾਵਾਂ, ਬਾਹਰ ਨਹੀਂ ਜਾਵਾਂ ਉਤੋਂ ਜੋ ਤੇਰੇ ਦਰਸ਼ਨਾਂ ਦਾ ਪਿਆਸਾ ਬਣ ਜਾਵੇ। ਔਰ ਬਾਵਨ ਭਗਵਾਨ ਨੂੰ ਰਾਜਾ ਕਹਿੰਦਾ ਬਸ ਤੇਰੇ ਦਰਸ਼ਨ ਚਾਹੀਦੇ ਨੇ। ਕਹਿੰਦਾ ਵੀ ਇਹ ਗੱਲ ਨਹੀਂ ਪੁੱਗਦੀ, ਰਾਜ ਲੈ ਲੈ, ਮੁਕਤੀ ਲੈ ਲੈ, ਮੈਂ ਕਿੱਥੇ ਖੜਾ ਰਹੂੰ ਤੇਰੇ ਕੋਲ। ਕਹਿੰਦਾ ਬਸ ਨਹੀਂ ਪੁੱਗਦੀ, ਫਿਰ ਖੜਾ ਰਹੋ ਇੱਥੇ, ਮੈਂ ਵੀ ਇੱਥੇ ਤੂੰ ਵੀ ਇੱਥੇ, ਹੋਰ ਕੁਝ ਚਾਹੀਦਾ ਹੀ ਨਹੀਂ।
राज न चाहो मुक्त न चाहो मन प्रीत चरण कमला। यह सिख की अवस्था। गुरसिख प्यारे हूं इत नहीं कहना भी सिख ने मुक्त नहीं होना जूनिया च फिर सिख ने राज नहीं लेना यह गल नहीं पर बाणी नु समझो इको नुकता है इस दुख में जो समझने तुकता है नुकता है चाहो शब्द चाह इच्छा इतों हो गए अर्थ जो करने मैनू राज दी चाह इच्छा नहीं है जिनी तेरे चरणा दी है अज के आखो सतनाम श्री वाहिगुरु। मैनू मुक्त इन्नी चंगी नहीं लगती जिन्हें तेरे चरण मैनू प्यारे ने। ये नहीं के मुक्त होना नहीं सीखने पर गुरु दे चरणा दे तुल मुक्ति नहीं है। सिख ने कदे भी राज नो गुरु दे चरणा तो चंगा नहीं समझना। तो गुरसिख प्यारे हो कहना नहीं पर खड़ा रहो मंगे नहीं और लो फिर उथे अज शिवरात्रि है भगवान कहते चंगा राजे बल तू दर्शन मंग ले सब तो वड्डी की हुण जा कर राज तैनू पताल दा ही राज दिता सत्तां पतालां दा राज है राजे बल कोल हुण ते नाल बचन करता जिवें अज तैनू खड़ा दिखदा ना मैं सदा ही तेरे दरवाजे च खड़ा रहा करूंगा दर्शन में इत्थे खड़ूंगा। ये गुरबाणी दा इतिहास है मन घटत गला नहीं पढ़ लो बाणी। नामा कहे भगत बस केशव केशव वाहिगुरु केशो केशो कुकी है ना सोई है आसार। बाणी कह रही है गुरमुखो वो भगतां दे ऐ बस है इन्ना बस है आजू बल के द्वार खरो सतजुग तो लेके अज तक राजे बल ते दरवाजे च खड़ा पहरा दंदा है रब। अज हूं अज तक किवें दंदा है उस वाहिगुरु दे तीन गुण है रजो तमो सतो। रजो गुण है गुरमुख प्यारे वाहिगुरु दे तीन गुणा दा नाम है तिने देवते ब्रह्मा विष्णु ते शिव जी जिन्हां दा नाम रख लिया आपां ने। वैसे वाहिगुरु दे गुण है तीन राज ताम सत। हुण की करदा वाहिगुरु चार महीने ब्रह्मा खड़दा राजे बल दे दरवाजे चार महीने विष्णु खड़दा ते चार महीने शिवजी जाके खड़दा दरवाजे च बस उत्थे गले नहीं कोई कह दिता बाणी ने मूह लाल सिउ प्रीत बनी। कैसी प्रीत तोरी न टूटे छोरी न छूटे ऐसी माधो खींच तनी तनी की होंदी है रसा रसी बो रस्सी ओ ऐसी पाके खिचली ना ना उस रस्सी नू रब तोड़ सकदे ना उस रस्सी नू रब छड़ सकदे ओही है रस्सी क ओ रब वास भगत ने की प्रेम दिया पाया डोरिया वास भगत ने प्रेम दिया पाया डोरिया वास भगत ने कीता प्रेम दिया पाया Thank you.
ਭਗਵਾਨ ਖੜਾ ਪਹਿਰਾ ਦਿੰਦਾ। ਹੁਣ ਸੁਣੋ, ਸ਼ਿਵਰਾਤਰੀ ਕਿਹਨੂੰ ਕਹਿੰਦੇ ਆ? ਜਿਹੜਾ ਅੱਜ ਦਿਨ ਹੈ, ਚਾਰ ਮਹੀਨੇ ਪੂਰੇ ਹੋ ਗਏ ਸ਼ਿਵ ਜੀ ਨੂੰ ਅੱਜ ਖੜੇ ਨੂੰ ਬਲ ਰਾਜੇ ਦੇ ਦਰਵਾਜ਼ੇ 'ਚ। ਇਹ ਪਿਛਲੇ ਚਾਰ ਮਹੀਨੇ ਕੱਤਕ ਮੱਘਰ ਪੋਹ ਮਾਘ, ਇਹ ਚਾਰ ਮਹੀਨੇ ਸ਼ਿਵ ਜੀ ਖੜਦੇ ਜਾ ਕੇ ਰਾਜੇ ਬਲ ਦੇ ਦੁਆਰੇ 'ਤੇ। ਕੈਲਾਸ਼ ਪਰਬਤ ਖਾਲੀ ਹੈ ਸ਼ਿਵਪੁਰੀ। ਹੁਣ ਅੱਜ ਰਾਤ ਨੂੰ ਸ਼ਿਵ ਜੀ ਨੇ ਮੁੜ ਕੇ ਸ਼ਿਵਪੁਰੀ ਵਿੱਚ ਆਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਰਾ ਦੇ ਕੇ ਰਾਜੇ ਬਲ ਦਾ, ਉਹ ਜਿਸ ਦਿਨ ਪਤਾਲ ਚੋਂ ਮੁੜਦਾ ਨਾ ਸ਼ਿਵ ਜੀ, ਮੁੜ ਕੇ ਆਉਂਦਾ, ਉਹਦਾ ਨਾਮ ਹੈ ਸ਼ਿਵਾਂ ਦੀ ਰਾਤਰੀ, ਸ਼ਿਵਰਾਤਰੀ। ਲੈ ਹੁਣ ਇਹਨੂੰ ਐਵੇਂ ਨਹੀਂ ਸਮਝਣਾ, ਬਾਣੀ ਦੀ ਗੱਲ ਕੱਲੀ ਕੱਲੀ ਸੈਂਟੀਫਿਕ ਹੈ, ਬੋਧਕ ਹੈ। ਸ਼ਿਵ ਜੀ ਦਾ ਕੀ ਗੁਣ ਹੈ? ਤਮੋ, ਅਗਨੀ ਦਾ ਗੁਣ। ਅਗਨੀ ਦਾ ਗੁਣ ਹੈ ਤਮੋ ਗੁਣ। ਜਿੱਦਣ ਜਾਂਦਾ ਨਾ ਸ਼ਿਵ ਜੀ ਧਰਤੀ ਤੋਂ ਪਤਾਲ ਵਿੱਚ, ਉਦਣ ਇੱਥੇ ਠੰਡ ਹੋਣ ਲੱਗ ਜਾਂਦੀ ਹੈ। ਮੇਰਾ ਸੈਂਟੀਫਿਕ ਤਰੀਕਾ ਗੁਰਬਾਣੀ ਦਾ। ਕੱਤਕ 'ਚ ਜਾਂਦਾ ਉਹ, ਤੇ ਕੱਤਕ ਤੋਂ ਬਾਅਦ ਗਰਮੀ ਗਈ, ਠੰਡੇ ਹੋਣ ਲੱਗ ਜਾਣੀ। ਤੇ ਦੂਜੀ ਗੱਲ ਲੈ ਲਓ, ਇਹ ਚਾਰ ਮਹੀਨੇ ਨਾ ਜਿਹੜਾ ਧਰਤੀ ਦੇ ਉੱਪਰ ਪਾਣੀ ਹੋਊ ਉਹ ਤਾਂ ਬਰਫ਼ ਵਰਗਾ ਠੰਡਾ, ਜਿਹੜਾ ਹੇਠੋਂ ਨਿਕਲੂ ਭਾਫਾ ਮਾਰਦਾ, ਕਿਉਂਕਿ ਹੀਟਰ ਚਲਿਆ ਗਿਆ ਹੇਠ, ਭੱਠਾ ਚਲਿਆ ਗਿਆ ਅੱਗ ਦਾ ਸ਼ਿਵ ਜੀ ਹੇਠ। ਹਰ ਪਾਣੀ ਦੀ ਤੁਕ ਨੂੰ ਸਾਇੰਸ ਦੇ ਨਾਲ ਮਿਲਾਓ, ਉਹ ਚਾਰ ਮਹੀਨੇ ਅਗਨੀ ਦਾ ਗੁਣ ਵਾਹਿਗੁਰੂ ਦਾ ਪਤਾਲ ਵਿੱਚ ਹੈ। ਜਿਹੜਾ ਵੀ ਪਤਾਲ ਦਾ ਪਾਣੀ ਨਿਕਲੂ ਨਿੱਘਾ, ਭਾਫਾਂ ਨਿਕਲਣਗੀਆਂ, ਕਿਉਂਕਿ ਅੱਗ ਹੇਠ ਬੈਠੀ ਹੈ ਪਤਾਲ ਵਿੱਚ। ਆਓ ਨੇ ਅੱਜ ਆ ਜਾਣਾ ਬਾਹਰ, ਬਾ ਹੁਣ ਰੱਖ ਦੇਣੇ ਕੰਬਲ ਆਪਾਂ ਨੇ ਅੰਦਰ, ਸਤਨਾਮ ਸੰਤੋਖ ਦੇਣੀਆਂ, ਰਜਾਈਆਂ ਬਸ ਲਾ ਦੇਣੀਆਂ ਨੇ ਬਾਪੂ ਨੇ ਅੱਗੇ, ਇੱਥੇ ਚੱਲਣਗੀਆਂ ਭੱਠੀਆਂ। ਐਨ ਬਿਲਕੁਲ ਸੱਚੀ ਗੱਲ ਜਿਹੜੀ ਬਾਣੀ 'ਚ ਲਿਖੀ, ਜਿੰਨਾ ਚਿਰ ਸ਼ਿਵ ਜੀ ਪਤਾਲ 'ਚ ਰਹੂ ਉੱਥੇ ਬਾ ਦੇਣੇ ਕੰਮ। ਹੁਣ ਆਊਗਾ ਇੱਥੇ, ਬਸ ਹੁਣ ਇੱਥੇ ਚੜ ਜਾਣਾ ਤਪਤ ਕੜਾਹ। ਤਾਂ ਚੱਲੀਏ ਸ਼ਿਵਰਾਤਰੀ, ਚਾਰ ਦਿਨ ਰੱਬ ਦਾ ਪਹਿਰਾ ਦੇ ਕੇ, ਰੱਬ ਦਾ ਗੁਣ ਸ਼ਿਵ ਜੀ ਬਲ ਰਾਜੇ ਦੇ ਦਰਵਾਜ਼ੇ 'ਤੇ ਖੜ ਕੇ ਅੱਜ ਉਹਨੇ ਬਾਹਰ ਆਉਣਾ, ਅਤੇ ਸ਼ਿਵਾਂ ਦੇ ਭਗਤ ਖੁਸ਼ੀਆਂ ਮਨਾਉਣੇ ਵੀ ਆ ਗਏ ਭਗਵਾਨ। ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਭਾਈ ਸ਼ਿਵਰਾਤਰੀ। ਇਹ ਬਾਣੀ 'ਚ ਪ੍ਰਮਾਣ ਹੈ ਤਾਂ ਸੁਣਾਈ ਦੇ, ਜਿਹੜੀ ਗੱਲ ਬਾਣੀ 'ਚ ਨਾ ਹੋਵੇ ਉਹ ਨਾ ਸੁਣੋ ਅਤੇ ਨਾ ਸੁਣਾਓ। ਇਹ ਕੱਚੀਆਂ ਪਿੱਲੀਆਂ ਦੀਆਂ ਕਹਾਣੀਆਂ ਜਿਹੜੀਆਂ ਅਸੀਂ ਜੋੜ ਲਈਏ ਨਾ, ਊਂ ਫਾਇਦੇਮੰਦ ਤਾਂ ਹੈ, ਮੈਂ ਤਾਂ ਘਾਟੇ 'ਚ ਰਹਿਣਾ, ਫਾਇਦਾ ਬਹੁਤ ਸੁਣਾਉਣਾ ਇਹਨੂੰ। 11 ਦੀ ਜਗ੍ਹਾ 31 ਟੇਕੋਗੇ ਫਿਰ ਅੱਜ ਖੇ ਖੁਸ਼ ਨਾਮ ਸ੍ਰੀ ਵਾਹਿਗੁਰੂ, ਕਿਉਂਕਿ ਖਿੱਚਿਆ ਲੈਣਾ ਤੁਹਾਨੂੰ ਕਹਾਣੀਆਂ ਨਾਲ। ਪਰ ਬਈ ਗੁਰਮਤ ਨਹੀਂ ਇਜਾਜ਼ਤ ਦਿੰਦੀ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਝੂਠੀਆਂ ਗੱਲਾਂ। ਇਹ ਤਾਂ ਇੰਨਾ ਭੰਡਾਰਾ ਪਿਆ ਹੈ, ਲੱਖ ਜਨਮ ਧਾਰ ਕੇ ਵਰਤੀ ਜਾ ਤਾਂ ਵੀ ਨਹੀਂ ਮੁੱਕਣਾ, ਇੰਨਾ ਗੁਰਬਾਣੀ ਦਾ ਭੰਡਾਰਾ। ਇਹਨੂੰ ਛੱਡ ਕੇ ਅਸੀਂ ਕੱਚੀਆਂ ਬਾਣੀਆਂ, ਕੱਚੀਆਂ ਕਥਾ ਕਹਾਣੀਆਂ, ਉਹ ਗੁਰੂ ਦੀ ਹਜ਼ੂਰੀ ਵਿੱਚੋਂ ਸੰਕੋਚ ਕਰਿਆ ਕਰੋ। ਇਸ ਸ਼ਿਵਰਾਤਰੀ ਦਾ ਇਤਿਹਾਸ ਲਿਖਿਆ ਹੈ ਬਾਣੀ ਵਿੱਚ, ਤਾਂ ਸੁਣਾਇਆ ਤੁਹਾਨੂੰ। ਬਲ ਰਾਜੇ ਦੀ ਕਥਾ ਲਿਖੀ ਹੈ ਭਾਈ ਗੁਰਦਾਸ ਨੇ, ਜਿੱਥੋਂ ਸ਼ਿਵਰਾਤਰੀ ਚੱਲੀ ਹੈ। ਧੰਨ ਭਾਗੀ ਹੋ, ਲਾਏ ਲੈ ਨੇ ਆ ਕੇ, ਇੱਕ ਦੀਵਾਨ ਹੋਰ ਬਾਕੀ ਹੈ, ਸਮੇਂ ਸਿਰ ਆ ਕੇ ਲਾ ਲਿਆ ਕਰੋ। 99 99 99 ਗੁਰੂ ਨਾਨਕ ਦੇਵ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ।
तन में गुरु अमरदास साहेब तन में तन है तन है गुरु अमरदास साहेब तन है तन है तन है गुरु रामदास साहेब तन में तन है तन है तन है गुरु रामदास साहेब तन है तन है तन है तन है गुरु अर्जुन देव साहेब तन में तन है तन है तन है अर्जुन देव साहेब तन है तन है तन है गुरु हर गोविंद साहेब तन है तन है तन है तन है गुरु हर गोविंद साहेब तन है तन है तन है तन है श्री हर राय साहेब तन है तन है तन है तन है गुरु श्री हर राय साहेब तन है तन है तन है तन है श्री हर कृष्ण साहेब तन है तन है तन है तन है गुरु श्री हर कृष्ण साहेब तन है तन है तन है गुरु तेग बहादुर तन है तन है तन है तन है गुरु तेग बहादुर तन है तन है तन है तन है गुरु गोविंद सिंह साहेब तन है तन है तन है तन है गुरु गोविंद सिंह साहेब तन है तन है तन है श्री गुरु ग्रंथ साहेब जी तन है तन है तन है तन है श्री गुरु ग्रंथ साहेब जी तन है तन है तन है तन है साध संगत जी तन है तन है तन है तन है गुरु साध संगत जी तन है तन है तन है गुरु पंथ खालसा तन है तन है तन है तन है गुरु पंथ खालसा तन है सतनाम श्री वाहे सतनाम श्री वाहे सतनाम श्री वाहे सतनाम श्री वाहे लोक पवन गुरु खानी पिता माता धर्म आपे दिवस रात कोई दाई दाया खेलै सगर जरात गंगियाया बुढ़ियाई वाते कर्म दूरे गंगिया पवा पड़ी के नेड़े के दूर जिनी नाम पाया गए सुख काले वाहिगुरु जी का खालसा वाहिगुरु जी की फतेह।